are very nice, nicely requesting your seats nice and everything. You are not making sense at all. Me working for an airline, you're not understanding. एयरपोर्ट मिल गया लीगल है ना इतने नाल जॉयस्टिक भी दी हुई है गेम खेलने नू सो दे विच गेम्स भी होनी है तुसी बैठे गेम खेल सकते हो चोरी स्पेड ओके यस आई वांट टू क्लिक आप कॉल भी कर सकते हैं इतों मतलब ये तो नाल बैठे हैं फॉर एग्जांपल आप किसी ने भी कॉल कर सकते हैं हाँ जी कितना फिर बिलोंग से स्टार्टिंग की लड़ाई होगी ना यार उत्तर एक्चुअली की चलता पाया जी लेडी ने आर्गूमेंट कर रही थी मैंने दो बैग लेके जान दो कोई भी चीज़ होती है ना हरनीत ने दस्या कि रिक्वेस्ट कर लो यार भरावो ना भी और साढ़े को मतलब हार्ड कॉपीज नहीं थी कहीं नहीं अलाउ नहीं करते हरनीत ने रिक्वेस्ट कही भी मैं जाना रहना यार कर दो कोई ने करता ਤਾਂ ਯਾਰ ਉਹ ਪਿਆਰ ਦੇ ਸ਼ਬਦ ਤੋਂ ਬੋਲ ਉਹਦੇ ਨਾਲ ਹੋ ਜਾਂਦਾ ਭਾਈ ਇਹ ਕਰ ਦੂਗੀ ਨਾ ਬਹੁਤ ਪਤਾ ਸੀ ਐਂਡ ਆਫ ਦੀ ਮਤਲਬ ਮੰਨ ਹੀ ਜਾਣਾ ਉਹਨਾਂ ਨੇ ਏਅਰਲਾਈਨ ਨੇ ਤੇ ਮੰਨ ਹੀ ਗਏ ਸੀ ਤੇ ਹੁਣ ਆਪਾਂ ਚੱਲਦੇ ਆ ਇੱਥੇ ਮੂਵੀ ਆਏ ਕਰਾਣਾ ਕਿਹਾ ਸੀ ਮੈਂ ਭੁੱਲ ਗਿਆ ਯਾਰ ਚੱਲ ਕਰਾਂ ਫਿਰ ਸੋ ਇਹ ਟੈਸਟ ਕਰਦਾ ਇਹਨਾਂ ਨੇ ਸੋ ਗਾਇਸ ਸਿਕਿਉਰਿਟੀ ਚੈੱਕ ਇਨ ਕਰ ਲਿਆ ਸੀਗਾ ਤੇ ਯਾਰ ਜਦੋਂ ਆਪਾਂ ਨਾ ਵੀਜ਼ਾ ਚੈੱਕ ਕਰਾ ਰਹੇ ਸੀ ਬੜੇ ਸਵਾਲ ਪੁੱਛੇ ਉਹਨੇ ਕਿਉਂ ਜਾ ਰਹੇ ਹੋ ਪਹਿਲਾਂ ਥਾਈਲੈਂਡ ਜਾ ਕੇ ਆਏ ਹੁਣ ਦੁਬਾਰਾ ਜਾ ਰਹੇ ਹੋ ਕੀ ਕਰਦੇ ਹੋ ਬਾਕੀ ਅਸੀਂ ਐਕਚੁਅਲੀ ਹਾਰਡ ਕਾਪੀਜ਼ ਨਹੀਂ ਕਢਾਈਆਂ ਸੀ ਫੋਟੋ ਸਟੇਟ ਕਹਿੰਦਾ ਯਾਰ ਤੁਸੀਂ ਕੁਝ ਲੈ ਕੇ ਨਹੀਂ ਆਏ ਫੋਟੋ ਸਟੇਟ ਵਗੈਰਾ ਬਟ ਯਾਰ ਸਵਾਲ ਪੁੱਛਦੇ ਹੁੰਦੇ ਆ ਤੇ ਆਪਾਂ ਕਿਹਾ ਵੀ ਕੰਟੈਂਟ ਕ੍ਰੀਏਟ ਕਰਦੇ ਆ ਕਹਿੰਦੇ ਗੁੱਡ ਆ ਵੀ ਅਸੀਂ ਵੀ ਵੀਡੀਓ ਦੇਖਾਂਗੇ ਤੇਰੀਆਂ ਤੋ ਯਾਰ ਫਾਈਨਲੀ ਚੈੱਕ ਇਨ ਹੋ ਗਿਆ ਟਾਈਮ ਪੂਰਾ ਪੂਰਾ ਸੀ ਲੇਕਿਨ ਯਾਰ ਸਾਰੀਆਂ ਚੀਜ਼ਾਂ ਟਾਈਮ ਤੇ ਹੋ ਗਈਆਂ ਸੇ ਹੁਣ ਪਹੁੰਚ ਗਏ ਇੱਥੇ ਹੁਣ ਘੁੰਮਦੇ ਆ ਥੋੜਾ ਫਰੈਸ਼ ਹੁੰਨੇ ਆ ਖਾਣੇ ਪੀਨੇ ਆ ਕੁਝ ਦੁੱਧ ਪੀਣਾ ਕਿਸੇ ਨੇ ਆ ਵੇਖੋ ਯਾਰ ਚੋਕਲੇਟਾਂ ਹੀ ਚੋਕਲੇਟਾਂ ਯਾਰ ਸੋ ਯਾਰ ਆਪਣਾ 17 ਨੰਬਰ ਗੇਟ ਆ ਉਹ 17 ਆ ਹਰਨੀਤ ਤੇ ਉੱਧਰ ਬਹਿ ਰਹੇ ਨੇ ਇਹਨਾਂ ਨੇ ਖਾ ਲਿਆ ਸੀਗਾ ਤੇ ਮੈਨੂੰ ਲੱਗੀ ਆ ਭੁੱਖ ਸੋ ਆ ਸੀਸੀਡੀ ਹੈਗਾ ਯਾਰ ਆ ਵੀ ਹੈਗਾ ਸ਼ੂਗਰ ਸਪਾਈਸ ਯਾਰ ਸੋਹਣੇ ਹੈਗੇ ਨੇ ਇੱਕ ਤੋਂ ਮੈਨੂੰ ਦੇ ਦਿਓ ਕੈਪੇਚੀਨੋ ਰੈਗੂਲਰ ਔਰ ਮਸ਼ਰੂਮ ਸੈਂਡਵਿਚ ਸੋ ਯਾਰ ਹਜੇ ਟਾਈਮ ਹੈਗਾ ਵਾ ਹਜੇ ਅਰਾਊਂਡ 1 ਆਰ ਪਿਆ ਵਾ ਸੋ ਖਾਣੇ ਪੀਣੇ ਆ ਵੇਟ ਕਰਦੇ ਆ ਯਾਰ ਆ ਦੇਖੋ ਬਟਰ ਕ੍ਰੋਇਸੈਂਟਸ ਕਿੰਨੇ ਸੋਹਣੇ ਆ ਨਾ ਬਾਕੀ ਆਪਾਂ ਕਹਿੰਦੇ ਹੁੰਦੇ ਬਚ ਲਾ ਅੱਛਾ ਵਾ ਬਾਅਦ ਚੋਂ ਖਾਂਦੇ ਆ ਸਵੀਟ ਅਗਰ ਲੋਡ ਪਈ ਤਾਂ ਖਾਵਾਂਗੇ ਆਹ ਵੀ ਟਰਾਈ ਕਰ ਸਕਦਾ ਮੈਂ ਅਤੇ ਆਹ ਵੀ ਟਰਾਈ ਕਰ ਸਕਦਾ ਇਹ ਵੀ ਅੱਛਾ ਲੱਗ ਰਿਹਾ ਯਾਰ ਆਹ ਵੀ ਅੱਛਾ ਵਾ ਭਾਈ ਸਿਰਫ ਕੁਝ ਜ਼ਿਆਦਾ ਨਹੀਂ ਹੋ ਗਿਆ ਬਲੂਬੈਰੀ ਡੈਨਿਸ਼ ਤੋ ਯਾਰ ਆਪਾਂ ਕੈਪੇਚੀਨੋ ਲਈ ਆ ਨਾਲ ਆਪਾਂ ਲਿਆ ਮਸ਼ਰੂਮ ਸੈਂਡਵਿਚ ਅਤੇ 450 ਦੇ ਆਏ ਨੇ ਸੀਸੀਡੀ ਨਾਲੋਂ ਸਸਤਾ ਮਿਲਿਆ ਮੈਨੂੰ ਇਹ ਹੈਗਾ ਸ਼ੂਗਰ ਸਪਾਈਸ ਵਧੀਆ ਲੱਗ ਰਿਹਾ ਯਾਰ ਮੈਨੂੰ ਬਾਕੀ ਖਾ ਕੇ ਦੇਖ ਲਓ ਯਾਰ ਹਰਨੀਤ ਨੇ ਆਹ ਦਿਖਾਇਆ ਸੀਗਾ ਇਹ ਮੈਂ ਪਹਿਲੀ ਵਾਰ ਦੇਖਿਆ ਮੈਲਟਸ ਇਨਟੂ ਅ ਰੈਸਟਫੁਲ ਸਲੀਪ ਇਹ ਏਅਰਪੋਰਟ ਤੋਂ ਮਿਲਦਾ ਲੀਗਲ ਹੈ ਨਾ ਅਰੇ ਬਾਪ ਰੇ ਇਹ ਤਾਂ ਧੋਤੀ ਖੋਲ ਰਹਾ ਹੈ ਅਰੇ ਏਅਰਪੋਰਟ ਦੀ ਲੀਗਲ ਚੀਜ਼ਾਂ ਮਿਲਦੀਆਂ ਨਹੀਂ ਨਹੀਂ ਮਤਲਬ ਦੇਖਣ ਨੂੰ ਐ ਲੱਗਦਾ ਨਾ ਵੀ ਇਹਨੂੰ ਫਾੜੋ ਤੇ ਸਟ੍ਰੈਪ ਹੁੰਦੇ ਜੀ ਥੱਲੇ ਰੱਖੋ ਪਿਗਲ ਜਾਂਦੇ 45 ਮਿੰਟ ਬਾਅਦ ਤੁਸੀਂ ਆ ਸੋ ਯਾਰ ਇਹ ਚੀਜ਼ ਆ ਦੇਖੋ ਮੈਲਟਸ ਇਨਟੂ ਅ ਰੈਸਟਫੁਲ ਸਲੀਪ ਇਹਨੂੰ ਤੁਸੀਂ ਜੀਬ ਤੇ ਰੱਖਣਾ ਇਹ ਮੈਲਟ ਹੋ ਜੂ ਤੇ ਤੁਹਾਨੂੰ ਨੀਂਦ ਆ ਜਾਂਦੀ ਦੇਖੋ ਯਾਰ ਅੱਜ ਕੱਲ੍ਹ ਦੀ ਸਟ੍ਰੈਸਫੁਲ ਜ਼ਿੰਦਗੀ 'ਚ ਤੇ ਟਰੈਵਲ ਕਰਦਾ ਰਹਿੰਦਾ ਬਾਈ ਤਾਂ ਨੀਂਦ ਲਈ ਆ ਕਰਨਾ ਪੈਂਦਾ ਨਾ ਯਾਰ ਬੂਟ ਦੇਖੋ ਇਹ ਸ਼ੂ ਬੈਲੈਂਸ ਹੀ ਆ ਕੇ ਤੇ ਓਰੀਜਨਲ ਸ਼ੂ ਆ ਕਿੰਨੀ ਲੈਂਥ ਹੈ ਇਹਦੀ ਕਿੱਡੇ ਵੱਡੇ ਸ਼ੂਜ਼ ਨੇ ਮਤਲਬ ਕਿੰਨੇ ਖਤਰਨਾਕ ਜਿਹੇ ਲੱਗ ਰਹੇ ਨਾ ਸ਼ੂਜ਼ ਲਾਈਕ ਐਲੀਗੇਟਰ ਕ੍ਰੋਕੋਡਾਈਲ ਸੋਹਣੇ ਆ ਸ਼ੂਜ਼ ਸੋ ਗਾਇਜ਼ ਐਮੀਰੇਟਸ ਦੀ ਫਲਾਈਟ ਲੈ ਰਿਹਾ ਸੀ ਫਸਟ ਟਾਈਮ ਲੈ ਰਿਹਾ ਐਮੀਰੇਟਸ ਦੀ ਫਲਾਈਟ ਤੇ ਸਾਨੂੰ ਐਕਸਪੀਰੀਅੰਸ ਦੱਸਾਂਗੇ ਫਲਾਈਟ ਐਕਸਪੀਰੀਅੰਸ ਕਿੱਦਾਂ ਦਾ ਆਈ ਗੈਸ ਗੇਟ ਓਪਨ ਹੋ ਗਿਆ ਤੇ ਇਹ ਕਨੈਕਟਿੰਗ ਫਲਾਈਟ ਆ ਦੁਬਈ ਤੋਂ ਇਹ ਜਾਣੀ ਆ ਇੰਗਲੈਂਡ ਉਹ ਦੁਬਈ ਤੋਂ ਇੰਗਲੈਂਡ ਜਾਣੀ ਹੈ ਫਲਾਈਟ ਦੁਬਈ ਤੋਂ ਇੰਗਲੈਂਡ ਜਾਣੀ ਹੈ ਪਲੇਨ ਆ ਗਿਆ ਜੀ ਆਈ ਗੈਸ ਸਟਾਰਟ ਹੋ ਗਈ ਆ ਐਂਟਰੀ ਹੋਣੀ ਤੁਹਾਨੂੰ ਫਲਾਈਟ ਐਕਸਪੀਰੀਅੰਸ ਦੱਸਦਾ ਜੈਨੂਇਨ ਫਲਾਈਟ ਐਕਸਪੀਰੀਅੰਸ ਦੱਸਾਂਗੇ ਬਈ ਕਿੱਦਾਂ ਦਾ ਹੈਗਾ ਫਲਾਈਟ
ਸੋ ਫਾਈਨਲੀ ਗਾਇਸ ਗੇਟ ਓਪਨ ਹੋ ਗਿਆ 17B ਗੇਟ ਆ ਸਭ ਤੋਂ ਪਹਿਲਾਂ ਬੱਚੇ ਅਤੇ ਸਪੈਸ਼ਲ ਜਿਹੜੇ ਪਰਸਨ ਹੁੰਦੇ ਆ ਉਹਨਾਂ ਨੂੰ ਐਂਟਰੀ ਕਰਾ ਰਹੇ ਨੇ ਉਸ ਤੋਂ ਬਾਅਦ ਆਪਾਂ ਐਂਟਰੀ ਕਰਦੇ ਹਾਂ ਅਤੇ ਐਮੀਰੇਟਸ ਦੀ ਫਲਾਈਟ ਆ ਅਤੇ ਫਲਾਈਟ ਐਕਸਪੀਰੀਅੰਸ ਦੱਸੂੰਗਾ ਯਾਰ ਕਿਵੇਂ ਦਾ ਹੈਗਾ ਵਾ ਬਾਕੀ ਐਂਟਰੀ ਹੋ ਰਹੀ ਆ ਥੋੜ੍ਹੀ ਦੇਰ ਤੱਕ ਆਪਣੀ ਐਂਟਰੀ ਵੀ ਹੋ ਜਾਣੀ ਆ ਸੋ ਯਾਰ ਵੀਰਾ ਮਿਲਿਆ ਸੀਗੇ ਸਬਸਕ੍ਰਾਈਬਰ ਨੇ ਅਤੇ ਆਸਟ੍ਰੇਲੀਆ ਜਾ ਰਹੇ ਹੋ ਹੋਰ ਸਟੱਡੀ ਕਰਨ ਜਾ ਰਹੇ ਹੋ ਚਲੋ ਮੁਬਾਰਕਾਂ ਯਾਰ ਕਦੋਂ ਫਲਾਈਟ ਆ ਤੁਹਾਡੀ ਫਲਾਈਟ ਮੈਨੂੰ ਅੱਜ ਹੈ ਬਸ 12 ਵਜੇ 12 ਵਜੇ ਅਜੇ ਟਾਈਮ ਹੈਗਾ ਤੁਹਾਡੇ ਕੋਲ ਘੰਟਾ ਦੇ ਲਓ ਅੱਛਾ ਅੱਛਾ ਚਲੋ ਬੈਸਟ ਆਫ ਲੱਗਾ ਯਾਰ ਤੁਹਾਨੂੰ ਫਿਊਚਰ ਲਈ ਸੋ ਯਾਰ ਗੇਟ ਤੋਂ ਐਂਟਰੀ ਕਰ ਲਈ ਸੀ ਸਾਰੇ ਚੈਕਿੰਗ ਚੁੱਕਿੰਗ ਸਾਰਾ ਕੁਝ ਹੋ ਗਿਆ ਫਾਈਨਲੀ ਬੋਰਡ ਕਰਨ ਵਾਲੇ ਹਾਂ ਆਪਾਂ ਐਮੀਰੇਟਸ ਫਲਾਈਟ ਤੇ है कहीं ऐसा चेहरा तुम खुद नहीं नहीं मैं ये नहीं कह रहा तुम मेरी बात तुम खुद देख लो ना सो यार फर्स्ट लुक एमिरेट्स की फर्स्ट लुक तानू दिखाने जा रहा मैं ये ओह माय गॉड अपना हैगा यार 32K सो 32K मेरी साइट विंडो साइड ही मैंने मिल गई है सो यार आ देखो एंटर करते ही हैडफोन्स ने ते नाल ब्लैंकेट आ ये तुहानू बाद चो दिखाने इहनू खोल के चलिए शुरू करेंगे इसका टेक्निकल गुरु जी सो फाइनली यार बैठ गए सीगे ते एंटर करते ही फीलिंग बहुत वधिया यार एमिरेट्स दी फीलिंग अलग ही फील आ बाकी इधर देखो हैडफोन्स बाकी मैं खोल के दिखाना तुहानू सब ना पहला बैठते सार चेयरस बहुत कंफर्टेबल ने मतलब पिछे तक चल जाती है सीट सो फिलहाल अगे कर लें सारी सैटल डाउन हो रहे हैं सब ना पहला फ्रंट ते आपां नूं LED मिली है वो दे चार रिमोट आ नाल इत्थे चार्जिंग का पॉइंट हैगा वा नाल तुसीं हैडफोन्स लगा सकते हो यार देखो कैमरा तक लगे होया फ्रंट व्यू का नीचे का भी हैगा देख नीचे का ओके ओके जमीन दिखूगी जदों उड्डूगा ना करनी अच्छा देखांगे आपां उपर किवें जा रहे हैं कैमरा भी लग्या होया जितो तुहानू फ्रंट व्यू मिल जांदा आ हो गया था फ्रंट व्यू एक नीचे का व्यू हैगा इत्थों बाकी यार नाल रिमोट आ सो टुडेज फ्लाइट सारा कुछ हैगा इहदे विच आ भी दित्ता होया स्लॉट USB का ते नाल आ हैगे ने जिहड़े अपने हैडफोन से मेरे ने लाए हैडफोन दे कैट आ Emirates हैडफोन मैं तो कैमरा सिस्टम वधिया लगता हाँ कितने हैडफोन दूजे सो यार ये बाहर भी निकल जाती है फट ना रही हवा जोर लाई जाता यार आ कह लिए नहीं मैंने पता लग्या ओ यार हमने बाहरों गड्डी निकली सी ना सो यार आ जड़ा रिमोट आ देखो पिछे यार जॉयस्टिक बनी हुई गेम बनी हुई है सो यार जिथे इथे प्लेन किवें किवें रूट होगा उदा उदा पता लगता रहूगा गाने चलते भी पता लग रहा सो यार आ चीज बहुत देखो यार आप गेम्स खेलते हैं कई बच्चे इतने नाल जॉयस्टिक भी दी हुई है गेम खेलने सो ये गेम्स भी होनगियाँ तुम बैठे गेम खेल सकते हो आज मैं देखो येलो बटन ग्रीन ब्लैक वो आ देखो इतों चलता भी है आ देखो जो मूवीज इतों सिलेक्ट हो जाए तो बैक जाना अगर तुम सो आ बैक चला गया मैं सो ये की है होर एक बार बैक जाने रेड तो बैक जाता है सो यार ये हैगी मूवीज़ TV पॉडकास्ट ऑडियो सुन सकते हो आइस TV होना म्यूजिक हैगा सो यार असं देखते पे लाइट कितों ऑन होंगी लाइट एक्चुअली ऑन होंगी आ बटन तो सो मैं इतों प्रेस करूँगा उपरों लाइट ऑन हो जूगी घैंट ना चीज़ इतों इतों लाइट ऑन होंगी यार मैं लाइट ऑफ करूँगा हूँ लाइट ऑफ लाइट ऑन लाइट ऑफ सो यार ये चीज़ा है ने हजे पूरा इनू चेक करा बाकी आ बुला लिया एयर होस्टस न पता लगता वा आ वीडियो ऑडियो लिया इतने बाकी नहीं फोन तो नहीं कर सकते मैं लगता नीटू शटर वाले कर फोन एने बीप लाता बिच की बोलिया भाई ने दसो तो यार तुसी बोइंग देखो यदा विंग किड्डा वड्डा मैं एक बार बाहरों भी तुहानू प्लेन दिखाऊंगा ये थोड़ा काफ़ी वड्डा प्लेन है यार आ देखो सो आपा गेम्स ई फॉर एंटरटेनमेंट ए कम्युनिकेशंस इनफॉर्मेशन सो एंटरटेनमेंट दे गए उस तो बाद नैक्सट आ गेम्स आ गई क्या बात है यार ऑल गेम्स A to Z बोर्ड गेम्स किड गेम्स
ਉਸ ਤੋਂ ਬਾਅਦ ਪਜ਼ਲ ਗੇਮਸ, ਟ੍ਰਾਈਵੀਆ ਗੇਮਸ, ਐਕਸ਼ਨ ਗੇਮਸ, ਕਾਰਡ ਗੇਮਸ, ਮਲਟੀਪਲੇਅਰ ਗੇਮਸ, ਸਪੋਰਟਸ ਗੇਮਸ. ਸੋ ਅਗਰ ਮੈਂ ਖੇਡਦਾ ਏ ਟੂ ਜ਼ੈਡ ਗੇਮਸ ਕਿਹੜੀਆਂ ਹੈਗੀਆਂ ਨੇ. ਕਿਆ ਬਾਤ ਹੈ ਯਾਰ, ਨਾਲ ਜੋਇਸਟਿਕ ਪੂਰਾ, ਮਤਲਬ ਨਾ ਅਸੀਂ ਸੋਚਦੇ ਹੀ ਸੋ ਜਾਵਾਂਗੇ. ਆਪਾਂ ਸੋਚਦੇ ਨਾ ਸੋ ਜਾਵਾਂਗੇ, ਪਰ ਮੈਨੂੰ ਨਹੀਂ ਲੱਗਦਾ ਆਪਾਂ ਸੋਵਾਂਗੇ ਹੁਣ. ਤੁਸੀਂ ਤਾਂ ਸੋਣ ਵਾਲੀ ਦਵਾਈ ਲੈਣੀ ਸੀ. ਸੋ ਯਾਰ ਇਹ ਰਿਮੋਟ ਨਾਲ ਕਿੰਨਾ ਮਜ਼ਾ ਆਊਗਾ ਇਹ ਫਲਾਈਟ ਦਾ. ਸੋ ਇੰਨੀਆਂ ਸਾਰੀਆਂ ਗੇਮਸ ਨੇ. ਓਏ ਹੋਏ ਹੋਏ, ਆਪਾਂ ਔਨਲਾਈਨ ਦੋਨੇ ਇਕੱਠੇ ਵੀ ਖੇਡ ਸਕਦੇ ਹਾਂ, ਇੱਥੇ ਮਲਟੀਪਲੇਅਰ ਖੇਡ ਸਕਦੇ ਹਾਂ. ਦੇਖੀ ਫਿਰ ਇੱਧਰ ਲੱਗਦੀ ਆ, ਇਕੱਠੇ ਗੇਮ ਖੇਡਾਂਗੇ. ਓਏ ਹੋਏ, ਉਹ ਵੀ ਹਵਾ ਵਿੱਚ, ਫਲਾਈਟ ਵਿੱਚ ਖੇਡਾਂਗੇ. ਸੋ ਆਹ ਗੇਮਸ ਨੇ, ਬਿੰਗੋ, ਬਲੈਕ ਜੈਕ, ਅਤੇ ਜਿਹੜੇ ਖੇਡਦੇ ਨੇ ਉਹਨਾਂ ਨੂੰ ਪਤਾ ਯਾਰ, ਥੋੜ੍ਹਾ ਜਿਹਾ ਟੱਚ ਵਧੀਆ ਨਹੀਂ ਹੈਗਾ, ਬਾਕੀ ਠੀਕ ਆ. ਸੋ ਗਾਇਜ਼ ਇੰਨੀਆਂ ਸਾਰੀਆਂ ਗੇਮਸ ਹੈਗੀਆਂ ਇਹ 'ਚ. 2048 ਬੈਟਲ ਸ਼ਿਪ, ਬਿੰਗੋ, ਬਲੈਕ ਜੈਕ. ਟੱਚ ਘੱਟ ਚੱਲਦਾ ਇਹਦਾ. ਲਓ ਜੀ ਆਹ ਵੀ ਗੇਮਸ ਹੈਗੀਆਂ ਨੇ ਇਹਦੇ ਵਿੱਚ. ਚਾਈਨੀਜ਼ ਚੈੱਕਰਸ, ਹੋਰ ਕਿਹੜੀਆਂ ਆ ਗਿਆ ਤੂੰ, ਮੁੰਡ ਗੇਮਸ ਦੇਖ ਲੈ ਕਿਹੜੀਆਂ ਕਿਹੜੀਆਂ. ਚਲੋ ਯਾਰ ਇਹ ਵੀ ਖੇਡਾਂਗੇ ਬਾਅਦ 'ਚੋਂ, ਹੋਮ 'ਤੇ ਕਲਿੱਕ ਕਰ ਦਿੰਦੇ ਹਾਂ. ਆਹ ਨਹੀਂ ਪਤਾ ਲੱਗਿਆ ਯਾਰ ਮੈਨੂੰ, ਆਹ ਕਿਉਂ, ਇਹ ਕੀ ਹੈ, ਹੈ ਆਹ ਪਤਾ ਨਹੀਂ ਕੀ ਚੀਜ਼ ਆ. ਇਹ ਉਹੀ ਹੈ ਨਾ, ਯੇ ਬਟਨ ਨਹੀਂ ਦਬਾਨਾ ਥਾ. ਸੋ ਯਾਰ ਇੱਥੇ ਬੱਚਿਆਂ ਨੂੰ ਸਪੈਸ਼ਲ ਟੋਇਜ਼ ਦੇ ਰਹੇ ਸੀਗੇ ਉਹ, ਵੀ ਜਿਹੜੇ ਬੱਚੇ ਨੇ. ਅਤੇ ਸਾਡੇ ਨਾਲ ਵੀ ਬੱਚਾ ਹੈਗਾ ਯਾਰ ਇੱਕ, ਤੁਸੀਂ ਉਹ ਕਰਨਾ ਸੀ ਨਾ, ਤੁਹਾਨੂੰ ਵੀ ਮਿਲ ਜਾਣੇ ਟੋਇ. ਜਦੋਂ ਲਾਈਟ ਬੰਦ ਹੋਊਗੀ ਉਦੋਂ ਵਿਊ ਵਧੀਆ ਆਊਗਾ, ਜਿਵੇਂ ਸਟਾਰਸ ਨਹੀਂ ਹੁੰਦੇ ਉੱਦਾਂ ਸਟਾਰਸ ਲਾਏ ਹੋਏ ਨੇ, ਲਾਈਟਸ ਜਗ ਰਹੀਆਂ ਨੇ. ਬਾਕੀ ਯਾਰ ਕੈਬਿਨ ਸਪੇਸ ਵੀ ਬਹੁਤ ਜ਼ਿਆਦਾ ਬੰਦ, ਦੇਖਿਓ ਅੰਦਰ ਜੇ ਨੂੰ ਹੋਊਗਾ ਹੋਵੇ. ਨਾਈਸ, ਬਹੁਤ ਸਪੇਸ ਆ ਯਾਰ. ਮੇਰਾ ਨਾਮ ਪਾਓ ਅਮਨ ਔਜਲਾ ਇੱਥੇ. ਅੱਛਾ, ਵਨ ਟੂ ਚੇਂਜ ਨੇਮ, ਵਨ ਵਨ. ਸੋ ਗਾਇਜ਼ ਨਾਲ ਮਿਲਿਆ ਹੈੱਡਫੋਨ ਐਮੀਰਾਈਟਸ ਦੇ. ਸੋ ਯਾਰ ਇਹ ਹੈੱਡਫੋਨ ਮਿਲੇ ਨੇ. ਸੋ ਹੈੱਡਫੋਨਸ ਲਾ ਕੇ ਦੇਖਦੇ ਹਾਂ ਕਿੱਦਾਂ ਦੇ ਲੱਗਦੇ ਆ. ਇਹਦੀ ਪਿੰਨ ਮਿਊਜ਼ਿਕ ਚੱਲਦਾ ਪਿਆ ਵਾ, ਗੇਮ ਦਾ ਮਿਊਜ਼ਿਕ ਚੱਲਦਾ. ਚੇਂਜ ਨੇਮ, ਏ ਰੇਸ ਕਿਵੇਂ ਕਰਨਾ, ਸਪੇਸ. ਅੱਛਾ ਇੰਨਾ ਹੀ ਲਿਖ ਸਕਦੇ ਹਾਂ ਆਪਾਂ, ਅਮਨੀ ਲਿਖ ਦਿੰਦੇ ਹਾਂ, ਅਮਨੀ. ਸੋ ਵੈਲੀਡੇਟ. ਸੋ ਗਾਇਜ਼ ਇਹ ਬਲੈਂਕਟ ਮਿਲੇ ਨੇ ਨਾਲ. ਸੋ ਸਾਰੀ ਇਨਫੋਰਮੇਸ਼ਨ ਦੇ ਰਹੇ ਆ ਵੀ ਕਿੱਦਾਂ ਕਿੱਦਾਂ ਕੀ ਹੁੰਦਾ. ਬੈਗ ਆਪਣੇ ਆਪ ਹਵਾ ਛੁੱਟਦਾ ਕਹਿੰਦੇ, ਅਤੇ ਆਪਣੇ ਆਪ ਅੰਦਰ ਚਲਾ ਜਾਂਦਾ. ਸਾਨੂੰ ਤਾਂ ਹੀ ਸਮਝ ਆ ਰਿਹਾ ਯਾਰ, ਬੈਲਟ 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 ਆਪਣੇ ਆਪ ਲੱਗਦੀ ਆ. ਆਹ ਬੈਲਟ ਲੱਗੀ ਹੋਈ ਆ, ਆਪਣੇ ਆਪਣੇ ਲੱਗੀ. ਉਹ ਬਸ ਟਾਇਟ ਹੋ ਗਈ. ਲਓ ਜੀ ਆਹ ਬਲੈਂਕਟ ਆ ਜਿਹੜਾ, ਆਹ ਬਲੈਂਕਟ ਦਿੱਤਾ ਹੋਇਆ, ਉਹ ਰਾਤ ਨੂੰ ਤੁਸੀਂ ਲੈ ਸਕਦੇ ਹੋ ਵੀ ਠੰਡ ਠੁੰਡ ਲੱਗਦੀ ਆ. ਏਅਰਪਲੇਨ ਟੇਕ ਆਫ ਕਰਦਾ ਜਾਂ ਲੈਂਡਿੰਗ ਕਰਦਾ ਤਾਂ ਇਹਨਾਂ ਨੂੰ ਨਾ ਕਮਿਊਨੀਕੇਸ਼ਨ ਕਰਨਾ ਹੁੰਦਾ ਐਵੀਏਸ਼ਨ ਨਾਲ, ਬਹੁਤ ਜ਼ਰੂਰੀ ਹੁੰਦਾ ਕਮਿਊਨੀਕੇਸ਼ਨ ਕਰਨਾ. ਜਦੋਂ ਆਪਾਂ ਸਾਰੇ ਲੋਕ ਆਪਣਾ ਇੰਟਰਨੈਟ ਇੱਕਦਮ ਔਨ ਕਰ ਲਈਏ, ਆਪਾਂ ਏਅਰਪਲੇਨ ਮੋਡ 'ਤੇ ਨਾ ਰੱਖੀਏ, ਤਾਂ ਉਹਦੇ ਕਰਕੇ ਇਹਨਾਂ ਦੇ ਕਮਿਊਨੀਕੇਸ਼ਨ 'ਚ ਡਿਸਟਰਬੈਂਸ ਆਉਂਦੀ ਹੈ, ਜਿਹਦੇ ਕਰਕੇ ਕਮਿਊਨੀਕੇਸ਼ਨ ਦੀ ਪ੍ਰੋਬਲਮ ਹੁੰਦੀ ਆ ਅਤੇ ਹਾਦਸੇ ਹੋਣ ਦੇ ਚਾਂਸਿਸ ਹੁੰਦੇ ਆ. ਸੋ ਯਾਰ ਕਦੇ ਵੀ ਫਲਾਈ ਕਰਦੇ ਹੋ ਏਅਰਪਲੇਨ ਮੋਡ 'ਤੇ ਲਾ ਦਿਆ ਕਰੋ, ਬਾਕੀ ਬਾਕੀ ਉਹ ਸਾਰਾ ਪਤਾ ਹੀ ਆ ਤੁਹਾਨੂੰ ਯਾਰ. ਇਹ 'ਚ ਪਬਜੀ ਵੀ ਮੈਨੂੰ ਲੱਗਦਾ ਬਹੁਤ ਵਧੀਆ ਖੇਡ ਸਕਦੇ ਆ ਵੀ ਯਾਰ. ਕਦੇ ਕਦੇ ਆਪਾਂ ਲਾਈਵ ਗੇਮਸ ਖੇਡਿਆ ਕਰਾਂਗੇ, BGMI ਖੇਡਿਆ ਕਰਾਂਗੇ, ਹੋਰ ਜਿਹੜੀਆਂ GTA ਖੇਡਦਾ ਹੁੰਦਾ ਸੀ, ਇੱਕ ਉਹ ਕਿਹੜੀ ਹੁੰਦੀ ਸੀ ਭੂਤ ਵਾਲੀ, ਕਿਹੜੀ ਸੀ ਯਾਰ ਹੋਰਰ ਗੇਮ ਸੀਗੀ ਯਾਰ, ਮੈਂ ਨਾਮ ਭੁੱਲ ਗਿਆ, ਕਮੈਂਟ ਕਰਕੇ ਦੱਸਿਓ ਮੈਨੂੰ ਯਾਦ ਆਜੂਗਾ, ਉਹ ਵੀ ਖੇਡਿਆ ਕਰਾਂਗੇ. ਸੋ ਯਾਰ ਦੇਖੋ ਰਨਵੇ ਦਿਖ ਰਿਹਾ ਅਤੇ ਲਾਈਟਸ ਹੋ ਗਈਆਂ ਔਫ. ਕਿਵੇਂ ਦੇਖੋ, ਦੇਖੋ ਪੂਰੀ ਫਲਾਈਟ ਵਿੱਚ ਨਾ ਸਟਾਰਸ ਵਾਂਗੂ ਫੀਲ ਆ ਰਿਹਾ ਪੂਰਾ. ਸੋ ਯਾਰ ਇਹ ਮੈਪ ਆ, ਆਪਾਂ ਇਸ ਟਾਈਮ ਹੈਗੇ ਹਾਂ ਇੱਥੇ
ਅਤੇ ਆਪਾਂ ਇੱਥੋਂ ਜਾਣਾ ਇੱਥੇ ਤੱਕ। ਸੋ ਯਾਰ ਪੂਰਾ ਏਅਰ ਸ਼ੋਅ ਦਿਖਾਉਂਦੇ ਆ ਅਤੇ ਦਿੱਲੀ ਏਅਰਪੋਰਟ ਤੋਂ ਫਲਾਈ ਕਰਨਾ, ਰੂਟ ਦਿਖਾਉਣਗੇ ਪ੍ਰੋਪਰ, ਬੰਦਾ ਬੋਰ ਨਹੀਂ ਹੋਣ ਦਿੰਦੇ ਮਤਲਬ। ਓ ਹੋ ਵੈਲਕਮ ਅਬੋਰਡ, 2 ਘੰਟੇ 47 ਮਿੰਟ ਦਾ ਫਲਾਈ ਟਾਈਮ, ਪ੍ਰੋਪਰ ਮਤਲਬ ਸ਼ੋਅ ਦਿਖਾਉਂਦੇ ਨਾ ਵੀ ਕਿੱਦਾਂ ਕਿੱਦਾਂ ਕਿੰਨਾ ਕਿਲੋਮੀਟਰ ਜਾਂ ਐਵਰੀਥਿੰਗ। ਸੋ ਯਾਰ ਸਾਰੇ ਆਪਣਾ ਆਪਣਾ ਇੰਜੋਏ ਕਰ ਰਹੇ ਨੇ, ਬਾਈ ਪੋਡਕਾਸਟ ਦੇਖਦੇ ਪਏ ਨੇ। ਮੈਨੂੰ ਫੋਬੀਆ ਨਾ ਟੇਕ ਆਫ ਦਾ। ਟੇਕ ਆਫ ਤੇ ਫੋਬੀਆ ਤੈਨੂੰ? ਟਰਬੂਲੈਂਸ ਹੁੰਦੀ ਆ ਤੋਂ ਖੁਸ਼ ਹੁੰਦਾ? ਅੱਛਾ ਮੈਨੂੰ ਨਹੀਂ ਪਤਾ ਸੀ, ਮਤਲਬ ਮੈਨੂੰ ਲੈਂਡਿੰਗ ਵੇਲੇ ਮਜ਼ਾ ਆਉਂਦਾ ਤੇ ਟੇਕ ਆਫ ਵੇਲੇ ਮੇਰੇ ਜਿਹੜੀ ਆਪਾਂ ਚੀਜ਼ ਬੋਲ ਨਹੀਂ ਸਕਦੇ ਉਹ ਗਲੇ 'ਚ ਆ ਜਾਂਦੀ ਹੈ। ਚੱਲ ਅੱਜ ਮੈਂ ਲਾਈਵ ਐਕਸਪੀਰੀਅੰਸ ਦੇਖਦਾ ਤੇਰਾ ਕਿੱਦਾਂ ਦਾ। ਨਹੀਂ ਮੈਂ ਸ਼ੋਅ ਨਹੀਂ ਕਰੂੰਗਾ, ਬਟ ਹੁੰਦਾ ਅੰਦਰੋਂ ਬਹੁਤ ਕੁਛ ਹੋ ਰਿਹਾ ਹੁੰਦਾ, ਮੈਂ ਦੱਸ ਨਹੀਂ ਸਕਦਾ। ਹੈ ਵੀ ਪਿਛਲੀ ਸੀਟ ਆ ਨਾ ਆਪਣੀ, ਬਹੁਤ ਜ਼ਿਆਦਾ ਪੂੰਛ ਬਹੁਤ ਹਿਲਦੀ ਹੈ, ਸੀਟ ਵੀ ਪਿਛਲੀ ਆ ਨਾ ਆਪਣੀ ਥੋੜ੍ਹਾ ਜਿਹਾ, ਮਤਲਬ ਅਸੀਂ ਅਸੀਂ ਐਜ 'ਤੇ ਬੈਠੇ ਹਾਂ, ਮਤਲਬ ਅਸੀਂ ਕਹਿ ਲਓ ਇੱਦਾਂ ਵਾ ਪਲੇਨ ਤਾਂ ਇੱਥੇ ਕੋਈ ਬੈਠੇ ਹਾਂ ਅਸੀਂ ਪਿੱਛੇ ਜੇ। ਸੋ ਮੈਂ ਵੀਰ ਨੂੰ ਮਿਸ ਕਰ ਰਿਹਾ, ਅਗਰ ਉਹ ਹੁੰਦਾ ਐਕਸਪੀਰੀਅੰਸ ਕਰਦਾ, ਕਿਉਂਕਿ ਐਮੀਰੇਟਸ ਨਹੀਂ ਬੈਠਾ ਉਹ। ਯਾਰ ਮੈਂ ਹਰ ਵਾਰੀ ਪੁੱਛਦਾ ਵੀਰ ਨੂੰ ਇੱਕ ਗੱਲ, ਵੀਰ ਯਾਰ ਆਨਸਰ ਕਰ ਯਾਰ, ਵੀ ਘਰ ਵਾਲੀ ਵੀ ਤੈਨੂੰ ਵੀਰ ਕਹੂਗੀ। ਸੋ ਹਰਨੀਤ ਜਦੋਂ ਵੀ ਮਿਲਦਾ, ਹਰਨੀਤ ਜਦੋਂ ਵੀ ਮਿਲਦਾ ਇਹੀ ਪੁੱਛਦਾ, ਕਹਿੰਦਾ ਯਾਰ ਵੀਰ ਦੀ ਘਰ ਵਾਲੇ ਵੀ ਵੀਰ ਕਿਆ ਕਰੂੰ ਵੀਰ। ਵੀਰ ਜੀ ਸੁਣਾਂਗੇ, ਵੈਸੇ ਬ੍ਰਹਮਵੀਰ ਆ ਨਾਮ ਉਹਦਾ। ਸੋ ਮੈਂ ਆਪਣੇ ਯਾਰ ਨੂੰ ਮਿਸ ਕਰ ਰਿਹਾ ਯਾਰ, ਕੀਤਾ ਸੀ ਉਹਨੇ ਫੋਨ ਉਹਨੇ ਮੈਨੂੰ, ਫਿਰ ਕਿਆ ਕਹਿੰਦਾ ਮੈਨੂੰ ਵੀਰੇ ਬ੍ਰਹਮ ਕਿਆ ਕਹਿੰਦਾ, ਮੈਂ ਮਜ਼ਾਕ ਕਰਦਾ। ਸੋ ਯਾਰ ਆਹ ਬਹੁਤ ਵਧੀਆ ਚੀਜ਼ ਆ, ਪੂਰਾ ਇੱਥੇ ਇਹਨਾਂ ਨੇ ਟੇਕ ਆਫ ਦਿਖਾ ਦੇਣਾ ਵੀਡੀਓ ਵਿੱਚ ਹੀ। ਗੈਸ ਮਾਰੋ ਕਿ ਟੈਂਪਰੇਚਰ ਮਾਈਨਸ ਕਿੱਥੋਂ ਤੱਕ ਜਾਊਗਾ ਅਤੇ ਕਿੰਨੇ ਫੀਟ ਤੱਕ ਫਲਾਈ ਕਰਦਾ ਇੰਟਰਨੈਸ਼ਨਲ ਫਲਾਈਟ, ਗੈਸ ਮਾਰੋ, ਉਹਨੇ ਕਮੈਂਟ ਕਰੋ, ਬਾਕੀ ਤੁਹਾਨੂੰ ਉਹਨੇ ਪਤਾ ਲੱਗ ਜਾਣਾ। ਮੇਰੇ ਸਾਹਮਣੇ ਸ਼ੋਅ ਹੋ ਰਿਹਾ ਵਾ, ਫਾਈਨਲ ਦੱਸੋ ਕਿੰਨੇ ਫੀਟ ਅਤੇ ਐਲਟੀਟਿਊਡ ਕਿੰਨਾ ਹੋਊਗਾ ਇੰਟਰਨੈਸ਼ਨਲ ਫਲਾਈਟ ਦਾ ਇਹ, ਅਤੇ ਦੂਜਾ ਸਪੀਡ ਕਿੰਨੀ ਹੋਊਗੀ, ਥਰਡ ਟੈਂਪਰੇਚਰ ਮਾਈਨਸ 'ਚ ਕਿੰਨਾ ਜਾਊਗਾ, ਹੁਣੇ ਕਮੈਂਟ ਕਰੋ। ਪੇਡ ਦੀ ਪਿਕਚਰ ਇਜ਼ ਪੇਡ, ਓਕੇ ਯੈਸ ਆਈ ਵਾਂਟ ਟੂ ਕਲਿੱਕ, ਓ ਨਾਈਸ। ਸੋ ਯਾਰ ਦੇਖੋ ਯਾਰ ਫੋਟੋ ਕਲਿੱਕ ਕੀਤੀ ਅਤੇ ਨਾਲ ਦੀ ਨਾਲ ਪ੍ਰਿੰਟ ਕਰ ਦਿੰਦੇ, ਥੈਂਕ ਯੂ ਸੋ ਮੱਚ। ਆਲ ਰਾਈਟ ਯਾਰ, ਥੈਂਕ ਯੂ। ਸੋ ਸਾਡੇ ਨਾਲ ਫੋਟੋਗ੍ਰਾਫੀ ਨੇ, ਉਹਨਾਂ ਨੂੰ ਪਤਾ ਵਾ ਆਹ ਵੀ ਵਧੀਆ ਚੀਜ਼ ਆ ਨਾ, ਇੱਕ ਮੈਮਰੀ ਕਲੈਕਟ ਹੋ ਜਾਂਦੀ ਆ, ਫੋਟੋ ਕਲਿੱਕ ਕੀਤੀ ਅਤੇ ਨਾਲ ਦੀ ਨਾਲ ਫੋਟੋ ਬਣ ਜਾਂਦੀ ਆ। ਉਹ ਕਹਿੰਦੇ ਆ ਫੋਟੋ ਇੰਸਟੈਂਟ ਫੋਟੋ ਕੈਮਰਾ, ਇੰਸਟੈਂਟ ਫੋਟੋ ਕੈਮਰਾ ਤੁਹਾਡੇ ਕੋਲ ਵੀ ਹੈਗਾ ਨਾ? ਤੁਹਾਡਾ ਖਰਾਬ ਕਰਤਾ, ਥੋੜੀ ਥੋੜੀ ਬਣੀ ਆ ਨਾ ਅਜੇ, ਆਹ ਦੇਖੋ ਯਾਰ ਥੋੜੀ ਥੋੜੀ ਬਣਨ ਲੱਗ ਗਈ ਆ, ਫਟ ਜਾ ਖਰਾਬ ਨਾ ਹੋਵੇ। ਸੋ ਆਹ ਦੇਖੋ ਥੋੜੀ ਥੋੜੀ ਬਣ ਗਈ ਆ ਯਾਰ, ਜਾ ਹਲਾ ਹੋਰ, ਹਲਾਉਣਾ ਪੈਂਦਾ, ਹਲਾ ਹਲਾ ਕੇ ਬਣਦੀ ਆ। ਸੋ ਆਹ ਦੇਖੋ ਯਾਰ ਪਿਕਚਰ ਬਣ ਗਈ ਆ, ਥੋੜ੍ਹੀ ਜਿਹੀ ਥੋੜ੍ਹੀ ਜਿਹੀ ਲਾਈਟ ਘੱਟ ਆ ਤਾਂ ਕਰਕੇ ਦੇਖ ਨਹੀਂ ਰਹੀ, ਮੈਂ ਤਾਂ ਹੋਰ ਹਿਸਾਬ ਦਾ ਲੱਗੀ ਜਾਂਦਾ ਕਿਉਂਕਿ ਮੈਂ ਦੂਰ ਸੀਗਾ, ਜਿਹੜਾ ਸਭ ਨਾਲੋਂ ਇੱਦਾਂ ਠੀਕ ਠਾਕ ਜਿਹਾ ਲੱਗਦਾ ਇੱਥੇ ਵਧੀਆ ਲੱਗੀ ਜਾਂਦਾ। ਨਹੀਂ ਵੀਰੇ ਸੋਹਣੀ ਮੈਮਰੀ ਹੁੰਦੀ ਆ ਯਾਰ, ਵਧੀਆ ਲੱਗਦੇ ਹੋ, ਹੋਰ ਹਲਾਉਣੀ ਪੈਣੀ ਇਹਨੂੰ, ਹਲਾ ਹਲਾ ਕੇ ਬਣਦਾ ਚੰਗੀ ਤਰ੍ਹਾਂ, ਹਲਾ ਮਜ਼ਾ ਨਹੀਂ ਆਉਣਾ ਕਹਿੰਦਾ ਮੈਂ। ਸੋ ਯਾਰ ਕਵਰ ਵੀ ਦਿੱਤਾ ਵੀ ਫਰੇਮ ਹੋ ਜਾਂਦਾ, ਸੋ ਵਧੀਆ ਚੀਜ਼ ਆ ਨਾ ਯਾਰ, ਦੇਖੋ ਇੱਕ ਮੈਮਰੀ ਕਲੈਕਟ ਹੋ ਗਈ। ਲਓ ਜੀ ਐਲਬਮ ਬਣ ਗਈ, ਫਲਾਈਟ ਦੀ ਐਲਬਮ, ਕੀ ਲਿਖਿਆ ਹੋਇਆ, ਪੁੱਠੀ ਪਾ ਦਿੱਤੀ ਫੋਟੋ, ਪੁੱਠੀ ਪਾ ਇਹ ਤਾਂ ਪਾ ਦੋ, ਆਪਾਂ ਕਾਲ ਵੀ ਕਰ ਸਕਦੇ ਹਾਂ ਇੱਥੋਂ, ਮਤਲਬ ਇਹ ਤਾਂ ਨਾਲ ਬੈਠੇ ਹਾਂ, ਫੋਰ ਐਗਜ਼ਾਮਪਲ ਆਪਾਂ ਕਿਸੇ ਨੂੰ ਵੀ ਕਾਲ ਕਰ ਸਕਦੇ ਹਾਂ, ਮੇਰੀ ਸੀਟ ਨੰਬਰ ਹੈਗਾ 32K, ਕਾਲ ਕਰਿਓ, ਇੱਧਰੋਂ ਕਾਲ ਕੀਤੀ ਅਤੇ ਇੱਧਰ ਕਾਲ ਆ ਗਈ ਮੈਨੂੰ, ਜੇ ਮੈਂ ਅਸੈਪਟ ਕਰਦਾ ਇੱਥੋਂ, ਸੋ ਮੈਂ ਇੱਥੋਂ ਆਈ ਗੈਸ ਗੱਲ ਕਰ ਸਕਦਾ। आप कौन, कहाँ लगाया फोन, आपका क्या नाम है, हमसे क्या काम है? हेलो,
हेलो यस यस मेरी आवाज़ आ रही है? नहीं 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 इतों आवाज़ कदों नहीं पैनी है हेडफोन चवा आ रही है। हेलो नहीं आ रही ठीक है। हेलो आ रही भाई हाँ क्लिक करके आओ क्लिक करके कर। सो यार एल्टीट्यूड 10,000 मीटर आ -37 डिग्री सेल्सियस हो चुका बाहर, मतलब बाहर कोई निकले हुण बर्फ बन जाए इंस्टेंट बर्फ ना बर्फ जम जाने ना ऑक्सीजन है इंस्टेंट बर्फ सडन डेथ। ये 12 गिटियां दे मारता तू उन्हूं वो खा गया उन्हूं यार कितनी अच्छी गेम है तो यार मैंने खा गया ओ तेनू खा गया ओ चक क्या बात है। सो यार आपां भी कोई गेम लाने इत्थे एंटरटेनमेंट। सो आ देखो यार पैकमैन गेम खेल लिया। फ्लाइट विच मैं 40,000 फीट की फ्लाई कर रहा तो वो गेम खेल लिया यार। पाज खाजा 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 200 पॉइंट्स। और जेडे भी बंदे कनेडा ही बैठे ब्लॉग देख रहे हैं उन्होंने पता की चीज है पता ना ओके। सो वीरा आ ड्रिंक पीन लगे ने मैंने तो पता नहीं यार केडी ड्रिंक आए कनाडा दी फेवरेट ड्रिंक हैगी कहंदे तो वीरा ये कंज्यूम करन लगे ने मन दस्यो टेस्ट किवें दा बेल्जियम दी ओ आ अच्छा बेल्जियम मेड। सो यार फूड आ गया सी दोने जने ड्रिंक पी रहे ने ऑलराइट थैंक यू सो मच। सो यार ये हैगा फूड मैं वेजिटेरियन लिया वीरे ने नॉन वेजिटेरियन ते उधर भी हैगा वेजिटेरियन। सो इन्हां दे नाल ड्रिंक्स मैं पानी पी रहा नाल फोका। सो ये वेजी सैलड दिता इन्हां दे नाल ओए होए होए आ जिहड़े गुलाब जामुन दिते आ ना ये तां कमाल ही करता इन्हां ने। सो दिस इज चॉकलेट ये भी आपां बाद चों फूड तों बाद खावांगे पहला मेन कोर्स देख लैंदे आ। सो यार इहदे विच देखदे आ की आ। सो ये हैगा यार राइस नाल आलू दी टिक्की आ ते नाल ग्रेवी आ। अच्छा पानी इधर इधर वा मैंने लगे कि पानी कितने ग्लास चुना। सो राइस नाल यार ठीक है मील अच्छा वा ये। सो नाल हैगा काइंड ऑफ सैलड हाँ मैं वाइट नहीं पता मैं लगता ये आलू ने पोटैटो ते कॉर्नस ने ते ऑल वेजीज नाल अनियंस ने। सो आ पिकल दिता नाल। सो आ पानी देखो यार पानी का पैकिंग इतना दिती है ते पानी बहुत ही घट है था एनक तो उदा ही आप पी जाते हैं। सो नाल आह वा ओ आ चीज़ वधिया यार काजू दिते हैं नाल ड्राई रोस्टड सॉल्टड कैशू नट्स यार इधर खलारा ना पाओ यार नाल यार बन दिता जो आप छोटे होंगे खाते होंगे सी ना जो बीमार होंगे दुध च पा के मम्मी चूर के बड़ा पाओ भी दिता ही ना बॉम्बे पर मैं स्वीट लगता यार स्पून ना इन्होंने ओरिजिनल ही पाए हुए अंदर तुम मैं खोल के दिखाता ये आ देखो यार मतलब स्टील के चम्मच ने यार फोक आ नाल आह नाइफ आ चम्मच आ सो नाल नैपकिन आ स्वाद आ यार टिक्की ना बड़ी सॉफ्ट आ यार बड़ा फ्रेश बनाया हुआ यार। सो इन्होंने दो दूध दिते आ टेस्ट लाइक फ्रैश मिल्क। सो यार दुध ने नाल शूगर ते नाल ब्लैक कॉफी इनू आप बनावे कैपचीनो हमने बन जानी है हौली चला मेरा दुध डुली जाता इधर। सो आ मिल्क आप ब्लैक कॉफी च पाने मैं उदा बना नहीं आती यार जिदा बनाते ने स्वाद नहीं है यार।
वेरी गुड। एक एक नहीं होता। क्लीननेस ऑफ द एयरक्राफ्ट वेरी गुड। आ नहीं क्लिक होता यार। हाँ हो गया। स्पीड ऑफ द मेल सर्विसेज ठीक सी ना। वेरी गुड। क्वालिटी ऑफ मेल बहुत वधिया यार। बंदा वधिया लग गया यार। कर्टेसी हेल्पफुलनेस ऑफ कैबिन क्रू वेरी गुड यार। ऑल ओवरऑल मैं वधिया लगी यार। सो यार ये है कि फर्स्ट क्लास वधिया सीट्स देखो। सो दिस इज ऑल्सो फर्स्ट क्लास। सो दिस इज बिजनेस क्लास। सो यार कदे इत्थे भी ट्रैवल करांगे। थैंक यू। सो गाइज अपना यह प्लेन सीगा P777 ते बहुत वधिया फ्लाइट सीगा। सो फाइनली गाइज लैंड करके सी बहुत वधिया फ्लाइट सी ते हुण जा रहे आपां इमीग्रेशन लई ते बैगेज कलैक्ट करन ते देखदे आं इमीग्रेशन ते कितना टाइम लगदा। तो फस्ट टाइम दुबई आ तां टाइम लग सकदा इमीग्रेशन लई क्योंकि ईच एंड एवरी डिटेल लैंदे ने। आई गैस बैगेज इधर ने रिक्लेम अराइवल्स। सो यार बिजनेस क्लास लई या सीनियर सिटीजन लई आ गड्डियां होंदियां यार। फस्ट टाइम आया मैं दुबई दे एयरपोर्ट ते बहुत वड्डा एयरपोर्ट है यार। बैगेज लैन नू ही 10-15 मिनट हो गए तुरदे नू सानू। हजे भाई कहिंदा मेट्रो लैनी पैंदी है बैगेज लई। ਆਪਾਂ ਟਰਮੀਨਲ 2 ਉਤਰੇ ਨਾ ਟਰਮੀਨਲ ਜਦੋਂ 1 ਉਤਰਦੇ ਆ ਨਾ ਆਪਾਂ ਉਦੋਂ ਮੈਟਰੋ ਲੈਣੀ ਪੈਂਦੀ ਆ। ਇਹ ਅਲੱਗ ਹੋ ਯਾਰ ਭਾਈ ਤਾਂ ਮੈਂ ਦੇਖਿਆ ਨਹੀਂ ਪ੍ਰੋਪਰ। ਗੁੱਡ। ਬਾਕੀ ਯਾਰ ਰਾਤ ਹੋ ਗਈ ਥੋੜੇ ਸੁਸਤ ਹੋ ਗਏ ਆ ਲੇਕਿਨ ਫਲਾਈਟ ਵਾਲਾ ਐਂਡ ਲੱਗ ਗਿਆ ਯਾਰ। ਫਲਾਈਟ ਬਹੁਤ ਵਧੀਆ ਸੀਗੀ ਯਾਰ। ਚੈੱਕ ਕਰੋ ਯਾਰ ਏਅਰਪੋਰਟ ਦੁਬਈ ਦਾ। ਉਹਦੇ ਖੰਭੇ ਵੀ ਚਾਂਦੀ ਦੇ ਲਾਏ ਪਏ ਨੇ ਯਾਰ। ਇਮੀਗ੍ਰੇਸ਼ਨ ਹੋ ਗਈ ਸੀ ਬਟ ਜਿੰਨੇ ਵੀ ਇੱਥੇ ਕੰਮ ਕਰਦੇ ਯਾਰ ਸਾਰੇ ਇੰਨੇ ਸੋਹਣੇ ਹਨਾ। ਦੇਖਿਓ ਨਾ ਫੀਚਰਸ। ਤੇਰੀ ਐਂਟਰੀ ਕਿਵੇਂ ਹੋਈ ਆ? ਮੇਰੇ ਕੋਈ ਬੰਦਾ ਨਹੀਂ ਸੀਗਾ। ਮੇਰੇ ਮਸ਼ੀਨ ਲੱਗੀ ਹੋਈ ਸੀ। ਮੈਂ ਆਪਣਾ ਪਾਸਪੋਰਟ ਮਸ਼ੀਨ 'ਚ ਪਾਇਆ। ਉਹਨੇ ਸਕੈਨ ਕੀਤਾ। ਉਹਨੇ ਲਿਖਤਾ ਹਾਏ ਹਰਨੀਤ ਸਿੰਘ ਦਰਵਾਜ਼ੇ ਖੁੱਲ੍ਹ ਗਏ ਆਪਾਂ ਆ ਗਏ। ਓਕੇ ਓਕੇ ਓਕੇ। ਨਾਲ ਆਹ ਮਿਲਿਆ 5G ਦਾ ਸਿਮ। ਆਈ ਗੈਸ ਫਸਟ ਟਾਈਮ ਵਿਜ਼ਿਟ ਨੂੰ ਮਿਲਦਾ ਸਿਮ। ਟੂਰਿਸਟ ਸਿਮ ਇਹ ਮਹਿੰਗਾ ਹੁੰਦਾ। ਓਕੇ ਓਕੇ। ਸੋ ਟੂਰਿਸਟ ਸਿਮ ਮਿਲਦਾ। ਮੈਨੂੰ ਤਾਂ ਮਿਲਿਆ ਨਹੀਂ ਯਾਰ। ਦੇਖੋ ਮੇਰੀ ਸ਼ਕਲ ਨਾ ਉਹਨਾਂ ਨਾਲ ਮਿਲਦੀ ਸੀ। ਸੱਚੀ ਮੈਂ ਦੱਸਾਂ ਮੈਨੂੰ ਲੱਗੇ ਮੈਂ ਹੀ ਬੈਠਾ ਉੱਥੇ। ਫੇਸ ਕੱਟ ਐਂ ਪੂਰਾ ਅੱਛਾ ਵਧੀਆ ਫਨੀ ਐਡਿਟ ਕਰਨੀ ਆਪਣੇ ਆਪ ਨੂੰ ਹੁਣ। ਨਹੀਂ ਨਹੀਂ ਯਾਰ ਸਾਰਿਆਂ ਦੀ ਨਾ ਲੁੱਕ ਮਤਲਬ ਫੇਸ ਕੱਟ ਜਿਵੇਂ ਉਹ ਜਿਹੜਾ ਸੀਗਾ ਆਯੁਸ਼ਮਾਨ ਖੁਰਾਨਾ ਵਰਗਾ ਲੱਗ ਰਿਹਾ ਸੀ। ਸੋ ਮੈਂ ਦੇਖਿਆ ਇੱਥੇ ਯਾਰ ਤੂੰ ਵੀ ਪਤਾ ਦੁਬਈ ਦਾ ਲੱਗਦਾ। ਮੈਂ ਥਾਈਲੈਂਡ ਗਿਆ ਮੈਨੂੰ ਸਾਰੇ ਹਬੀਬੀ ਕਰੀ ਜਾਣ ਕਿਉਂਕਿ ਸ਼ਾਇਦ ਫੇਸ ਕੱਟ ਉੱਦਾਂ ਨਾ ਵੀ ਬੀਅਰਡ ਵੀ ਕੱਟ ਆਪਾਂ ਉਹ ਕਰੀਦਾ। ਹਰਨੀਤ ਦਾ ਵੀ ਇੱਦਾਂ ਦਾ ਹੀ ਆ। ਉਦੋਂ ਇਹਨੇ ਆਹ ਕਲਾਕਾਰ ਲਿਖਾਇਆ ਉਰਦੂ ਲੱਗਦੀ ਆ ਪਤਾ ਇੱਥੋਂ ਲੱਗਦਾ। ਬਾਕੀ ਸਭ ਕੁਝ ਠੀਕ ਸੀਗਾ। ਪਾਣੀ ਬਹੁਤ ਥੋੜ੍ਹਾ ਦਿੰਦੇ ਸੀਗੇ ਯਾਰ ਫਲਾਈਟ ਵਿੱਚ। ਸੋ ਇੱਥੋਂ ਪੀ ਲੈਂਦੇ ਆਪਾਂ ਪਾਣੀ ਯਾਰ। ਇਹ ਪ੍ਰੋਸੈਸ ਆ ਜਿਹੜਾ ਮੈਨੂੰ ਲੱਗਦਾ ਵੇਸਟ ਬਹੁਤ ਹੁੰਦਾ ਵਾ। ਸੋ ਆ ਗਿਆ ਜੀ ਆਪਣਾ ਲਗੇਜ। अरे मुझे सिर्फ बात ही चेंज करवानी है। हमारे पास है बाकी ग्राम को। फिर मैं एक्चुअली वहाँ से आया ना फुकेट से तो ये बच रहे थे मेरे पास। ओके टर्मिनल कौन सा? तो यार दो टैक्सियाँ येलो कलर की टैक्सी होंगी। येलो ब्लैक ही होंगी बॉम्बे। येलो ब्लैक टैक्सी होंगी। ਆਹ ਦੇਖੋ ਯਾਰ ਇੱਥੇ ਇੱਦਾਂ ਦੀਆਂ ਟੈਕਸੀ ਹੈਗੀਆਂ ਨੇ ਜਿਹੜੀਆਂ ਏਅਰਪੋਰਟ ਦੇ ਬਾਹਰ ਮਿਲਦੀਆਂ ਨੇ। ਸੋ ਹਾਈਬ੍ਰਿਡ। ਸੋ ਯਾਰ ਪਹਿਲਾਂ ਜਾਣਾ ਸੀ ਆਪਾਂ ਮੈਟਰੋ ਤੇ ਹੋਟਲ ਜਾਣਾ ਸੀਗਾ ਤੇ ਮੈਟਰੋ ਹੋ ਜਾਂਦੀ 11:30 ਬੰਦ ਤਾਂ ਹੁਣ ਕੀਤੀ ਆਪਾਂ ਪ੍ਰੀਪੇਡ ਟੈਕਸੀ। ਸ਼ਾਨਦਾਰ ਗੱਡੀ ਆ ਯਾਰ। ਸੋ ਇਹ ਇਨੋਵਾ ਵਾ ਇਹ? ਹਾਂ। ਸੋ ਇਹ 25 ਦਰਾਮ ਤੋਂ ਸ਼ੁਰੂ ਹੋ ਰਹੀ ਆ। ਇਹ ਤੋਂ ਮੈਂ ਆਪਣੇ ਘਰ ਵਾਲੇ ਕੋ ਭੇਜ ਰਿਹਾ ਹੂੰ। ਪਾਪਾ ਇਹ ਦੇਖੋ ਮੈਂ ਪਹੁੰਚ ਗਿਆ ਹੂੰ ਦੁਬਈ। ਵਾਹ ਕੀ ਐਕਟਿੰਗ ਕਰ ਰਿਹਾ। ਬਾਕੀ ਚੱਲਦੇ ਆ ਹੋਟਲ ਪਹੁੰਚਦੇ ਆ ਫਿਰ ਦਿਖਾਣਾ ਤੁਹਾਨੂੰ।
ਵਾਲੇ ਤੋਂ ਲੈ ਲੈਣਾ ਪਰ ਹੱਡੀ ਉਹ ਸਾਹਮਣੇ।